ਭਾਈ ਉਹਨਾਂ ਦੀ ਆਰਤੀ ਸਾਰੇ ਕਾਗਜ਼ ਸਾਡੇ ਕੋਲ ਜੀ, ਇਹ ਸੁੱਟ ਕੇ ਨਾਲ ਹੀ ਪਾਈ ਆਈ ਪੁਲਿਸ ਦੇ ਮੌਕੇ ਤੇ ਸਰਦਾਰ ਆਮਣੇ ਸਾਹਮਣੇ ਹੀ ਟੱਕਰ ਆਮਣੇ ਸਾਹਮਣੇ ਆਮਣੇ ਸਾਹਮਣੇ ਮੇਰਾ ਨਾਂ ਜੀ ਵਿਵੇਕ ਕੁਮਾਰ ਜੀ। ਹਾਂਜੀ ਸਰ, ਇਹ ਹਾਦਸਾ ਕਿੱਥੇ ਹੋਇਆ ਹੈ ਅਤੇ ਕਿੰਨੀ ਦੇਰ ਹੋ ਗਈ ਹੋਈ? ਸਰ ਇਹ ਹਾਦਸੇ ਨੂੰ ਘੱਟੋ ਘੱਟ ਮੇਰੇ ਖਿਆਲ ਨਾਲ ਪੌਣਾ ਘੰਟਾ ਹੋ ਚੁੱਕਾ ਜੀ, ਅਤੇ ਇਸਲਾਮਾਬਾਦ ਪੁਲਿਸ ਨੂੰ ਵੀ ਪਤਾ ਕਿ ਇੱਥੇ ਹਾਦਸਾ ਹੋਇਆ, ਪਰ ਹਾਲੇ ਤੱਕ ਇੱਥੇ ਆ ਨਹੀਂ ਰਹੀ। ਜਦਕਿ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰ ਦੇ ਬੱਚੇ ਦੀ ਬਹੁਤ ਹਾਲਤ ਗੰਭੀਰ ਹੋਈ ਸੀ ਇਸ ਵਕਤ, ਅਤੇ ਉਹ ਪਸਰੀਚਾ ਹੋਸਪਿਟਲ ਨੂੰ ਲੈ ਕੇ ਗਏ ਨੇ ਆ, ਪਰ ਪੁਲਿਸ ਹਾਲੇ ਤੱਕ ਨਹੀਂ। ਪੁਲਿਸ ਨੂੰ ਕੰਟਰੋਲ ਮਿਲਦੇ, ਅਸੀਂ ਫੋਨ ਵੀ ਕੀਤਾ 100 ਨੰਬਰ 'ਤੇ, ਕਹਿੰਦੇ ਤੁਹਾਡੇ ਕੋਈ ਹੁਣੇ ਅਸੀਂ ਆ ਰਹੇ ਹਾਂ, ਪਰ ਹਾਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ। ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ, ਅਸੀਂ ਤਾਂ ਹਾਲੇ ਕਹਿੰਦੇ ਕਿ ਮਾਰ ਆਈ ਉਹਨਾਂ ਦੀ ਲੰਮੀ ਲੰਮੀ ਉਮਰ ਕਰੇ। ਐਕਸੀਡੈਂਟ ਕਾਰ ਵਾਲੇ ਨੇ ਪਿੱਛੋਂ ਆ ਗਏ, ਕਾਰ ਮਾਰੀ ਹੈ ਅਤੇ ਜਲਾਨੀ ਪੁਲ ਤੋਂ ਥੱਲੇ ਸੱਤ ਫੋਟੋ ਉਛਲ ਕੇ ਪੁਲ ਤੋਂ ਥੱਲੇ ਗਈ ਹੈ, ਅਤੇ ਬੱਚੇ ਦੀ ਜਿਹੜੀ ਲੱਤ ਹੈ ਉਹਦੀਆਂ ਨਾੜਾਂ ਬਾਹਰ ਆ ਚੁੱਕੀਆਂ, ਬਿਲਕੁਲ ਗੋਡੇ ਦੇ ਗੋਡੇ ਦੀਆਂ ਨਾੜਾਂ ਬਿਲਕੁਲ ਜਿਹੜੀਆਂ ਨੇ ਨਾ ਉਹ ਫ੍ਰੈਕਚਰ ਹੋ ਚੁੱਕੀ ਉਹਦੀ ਲੱਤ। ਗੱਡੀ ਆਈ ਮੇਰੇ ਖਿਆਲ 2 ਤੋਂ 3 ਜਾਣੇ ਹੈਗੇ ਸੀ। ਹਾਂ ਜੀ, ਡਰਿੰਕ ਵੀ ਆ ਗੱਡੀ ਦੇ ਵਿੱਚ, ਡਰਿੰਕ ਵੀ ਆਈ, ਸਭ ਕੁਛ ਆ ਗੱਡੀ ਦੇ ਵਿੱਚ, ਡਰਿੰਕ ਵੀ ਪਈ ਹੋਈ ਹੈ, ਹਰ ਇੱਕ ਚੀਜ਼ ਆ ਗੱਡੀ ਦੇ ਵਿੱਚ, ਗਲਾਸ ਵੀ ਪਏ ਹੋਏ ਆ, ਉਹਨਾਂ ਦੀ ਕੋਲਡ ਡਰਿੰਕ ਵੀ ਪਈ ਹੋਈ ਹੈ। ਸਰ ਪੁਲਿਸ ਹਾਲੇ ਤੱਕ ਨਹੀਂ ਆ ਰਹੀ, ਅਸੀਂ ਕੰਟਰੋਲ ਰੂਮ 'ਤੇ ਫੋਨ ਵੀ ਕੀਤਾ 100 ਨੰਬਰ 'ਤੇ, ਕਹਿੰਦੇ ਤੁਹਾਡੇ ਕੋਲ 10 ਮਿੰਟ, ਪੌਣਾ ਘੰਟਾ ਹੋ ਗਿਆ, ਸਾਹਮਣੇ ਇਸਲਾਮਾਬਾਦ ਥਾਣਾ ਹੈ, ਹਾਲੇ ਤੱਕ ਕੋਈ ਨਹੀਂ ਆ ਰਿਹਾ ਜੀ। ਮੈਂ ਕਹਿੰਦਾ ਜੀ ਇਹਨਾਂ ਨੂੰ ਇਨਸਾਫ ਮਿਲੇ। ਹਾਂਜੀ ਭਾਜੀ, ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਵਿਸ਼ਾਲ ਕੁਮਾਰ ਜੀ। ਵਿਸ਼ਾਲ ਜੀ, ਕਿੱਥੇ ਹਾਦਸਾ ਹੋਇਆ ਜੀ? ਕਹਿੰਦੇ ਆ ਕਿ ਮੁੰਡੇ ਇੱਧਰੋਂ ਆ ਰਹੇ ਸੀ ਖਾਲਸਾ ਕੋਲੇਜ ਵੱਲੋਂ, ਅਤੇ ਨਸ਼ੇ ਵਿੱਚ ਹੈਗੇ ਸੀ, ਅਤੇ ਉਹ ਆਪਣੀ ਸਿੱਧੀ ਸਾਈਡ 'ਤੇ ਆ ਰਹੇ ਸੀ, ਅਤੇ ਨਸ਼ੇ ਵਿੱਚ ਹੈਗੇ, ਅਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ, ਅਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ, ਅਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ, ਅਤੇ ਤੁਰੰਤ ਪੌੜੀਆਂ ਚੜ੍ਹ ਕੇ ਦਿੱਤੇ ਆਏ ਆ। ਹਾਂਜੀ, ਪੁਲ ਦੇ ਥੱਲੇ ਨੀਚੇ ਡਿੱਗ ਕੇ, ਕਹਿੰਦੇ ਕਿ ਸੀਰੀਅਸ ਹੈਗੇ ਆ, ਅਮਨਦੀਪ ਹੋਸਪਿਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ। ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ, ਅਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ। ਹਾਂਜੀ, ਜੀ ਨਹੀਂ, ਉਸ ਤੋਂ ਪਹਿਲੇ ਅਸੀਂ ਜਦੋਂ ਆਪਾਂ ਆਏ ਹਾਂ, ਤਾਂ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹੋਸਪਿਟਲ। ਜਾਣਕਾਰੀ ਲੈਣ ਦੇ ਆ, ਦੱਸ ਦਿਓ ਸਾਨੂੰ, ਦੱਸ ਦਿਓ ਨਾ ਜੀ ਐਕਸੀਡੈਂਟ ਕਿਹਦੇ ਵਿੱਚ ਹੋਇਆ? ਦੇਖੋ ਅਸੀਂ, ਤੁਸੀਂ ਤਾਂ ਜਾਣਕਾਰੀ ਤਾਂ ਲੈ ਹੀ ਲਿੱਤੀ ਹੈ, ਥੋੜ੍ਹੀ ਦੱਸ ਦਿਓ ਕਿੱਥੋਂ ਲਈ ਇਹ ਜਾਣਕਾਰੀ? ਅਸੀਂ ਤਾਂ ਮੌਕਾ ਵੇਖਿਆ ਜੀ, ਦੱਸਦੇ ਹਾਂ ਜੋ ਕੁਛ ਹੋਊਗਾ ਤੁਹਾਡੇ ਸਾਹਮਣੇ ਆਉਣਾ। ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ? ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਦੀ। ਹਾਂਜੀ, ਮੇਰੇ ਵਕੀਲ ਜੋ ਵੀ ਜੋ ਇੰਸੀਡੈਂਟ ਹੋਇਆ ਸਾਹਮਣੇ ਆਇਆ, ਜੋ ਵੀ ਹੋਊਗਾ ਤੁਹਾਡੇ ਸਾਹਮਣੇ। ਗੱਡੀ ਦੇ ਵਿੱਚੋਂ ਕੁਛ ਬਰਾਮਦ ਹੋਇਆ ਜੀ? ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਹੋਵੇਗੀ? ਨਾ ਨਾ, ਸਾਡੇ ਸਾਹਮਣੇ ਨਹੀਂ। ਕੋਈ ਡਾਕੂਮੈਂਟ, ਕੋਈ ਹੋਰ ਪ੍ਰੂਫ? ਨਹੀਂ ਨਹੀਂ, ਫਿਲਹਾਲ ਨਹੀਂ ਆਇਆ, ਅਸੀਂ ਵੇਖ ਕੇ ਤਾਂ ਜੋ ਵੀ ਹੋਏ ਤਾਂ ਜਾਣਕਾਰੀ ਦੱਸ ਦਾਂਗੇ। ਕਿਹੜੀ ਜਗ੍ਹਾ ਹੋਇਆ ਸਰ ਐਕਸੀਡੈਂਟ? ਜਗ੍ਹਾ ਦਾ ਨਾਂ ਕੀ, ਲੋਕੇਸ਼ਨ ਕੀ ਹੈ? ਹਾਂਜੀ, ਇਹ ਲੋਕੇਸ਼ਨ ਕਿਹੜੀ ਹੈ ਸਰ? ਲੋਕੇਸ਼ਨ ਦੱਸ ਦਿਓ, ਕਿਹੜੀ ਲੋਕੇਸ਼ਨ ਦਾ ਐਕਸੀਡੈਂਟ? ਛੋਟਾ ਹਰੀਪੁਰੇ ਦੇ ਜਿਹੜਾ ਪੁਲ ਚੜ੍ਹਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ, ਹਾਂਜੀ, ਉਸ ਸਾਈਡ 'ਤੇ ਹੋਇਆ। ਵੇਖੋ ਜੋ ਵੀ ਹੋਇਆ, ਜੋ ਤੁਹਾਡੇ ਸਾਹਮਣੇ ਹੋਊਗਾ, ਤੁਹਾਡੇ ਸਾਹਮਣੇ ਜੋ ਜਾਣਕਾਰੀ ਦੱਸ ਦਿੰਦੀ। ਅਸੀਂ ਫਿਲਹਾਲ ਮੌਕੇ 'ਤੇ ਆਏ ਹਾਂ, ਜੋ ਜਾਣਕਾਰੀ ਤੁਹਾਨੂੰ ਦੱਸ ਦਿੰਦੇ। ਜੈਨ ਗੱਡੀ ਆ, ਅਗਲੇ ਪਾਸੇ ਐਕਟਿਵਾ, ਹੁਣ ਪਤਾ ਨਹੀਂ ਕਸੂਰ ਕਿਹਦਾ, ਵੇਖ ਲੈਂਦੇ ਜੋ ਵੀ ਹੋਊਗਾ। ਜੋ ਕੰਡੀਸ਼ਨ ਕੀ ਹੈ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ?
ਕੰਡੀਸ਼ਨ ਯਾਰ ਅਸੀਂ ਆਏ ਆ ਵੇਖ ਕੇ ਸਾਰਾ ਕੁਝ ਦੱਸ ਦਿੰਦੇ ਜੋ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦੋ ਅਜੇ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ, ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਨੂੰ, ਕਾਫੀ ਦੇਰ ਬਾਅਦ ਆਈ ਹੈ ਕਿ ਲੇਟ ਨੇ ਜੋ ਹੋਇਆ ਐਗਜੈਕਟਲੀ ਆ ਗਏ ਅਸੀਂ ਜਿੰਨਾ ਚਿਰ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਉੱਥੇ ਪਹੁੰਚ ਗਏ। ਠੀਕ ਹੈ, ਧੰਨਵਾਦ ਸਰ ਜੀ ਬਹੁਤ।